ਕਾਲੀ ਦਲ ਅੰਮ੍ਰਿਤਸਰ ਦੇ ਤਰਜ਼ਮਾਨ ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਵਾਣਾ ਨੇ ਆਖਿਆ ਕਿ ਧਾਰਮਿਕ ਅਤੇ ਸਿਆਸੀ ਪ੍ਰਵਾਨਿਤ ਰਵਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਕੱਢੇ ਜਾਣ ਵਾਲੇ ਪ੍ਰਧਾਨਾਂ ਅਤੇ ਚੋਥੇਦਾਰਾਂ ਨੂੰ ਕੌਮ ਹੁਣ ਪ੍ਰਵਾਨ ਨਹੀਂ ਕਰੇਗੀ ਆਪਣੀ ਦਲੀਲ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇੱਕ ਬਹੁਤ ਨਿੱਘਰ ਤੇ ਮਜ਼ਬੂਤ ਨਿਯਮ ਹੈ ਕਿ ਧਰਮ ਅਤੇ ਰਾਜਨੀਤੀ ਜਿੱਥੇ ਇੱਕ ਦੂਸਰੇ ਦੇ ਪੂਰਕ ਨੇ ਉੱਥੇ ਇਹ ਨਾਲੋਂ ਨਾਲ ਚੱਲਦੇ ਹਨ ਪਰ ਨਾਲ ਹੀ ਸਿੱਖਾਂ ਨੂੰ ਇਹ ਵੀ ਹਿਦਾਇਤ ਹੈ ਕਿ ਸਿੱਖ ਸਿਆਸਤ ਧਰਮੀ ਅਸੂਲਾਂ ਨੀਮਾ ਅਤਿਸਿੰਧ ਅੰਤ ਨਾਲ ਹੀ ਕਰਨੀ ਹੈ ਉਹਨਾਂ ਕਹੇ ਕਿ ਅੱਜ ਦੇ ਸਮੇਂ ਦੀ ਸਿੱਖ ਲੀਡਰਸ਼ਿਪ ਦੇ ਕੰਮ ਕਰਨ ਦੇ ਟੰਗਾਂ ਦੀ ਜੇਕਰ ਨਿਰਪੱਖਤਾ ਨਾਲ ਪਰਚੋਲ ਕੀਤੀ ਜਾਵੇ ਤਾਂ ਧਰਮ ਦੀ ਦੁਰਵਰਤ ਤੋਂ ਕਰਕੇ ਸਿਰਫ ਆਪਣੇ ਸਿਆਸੀ مالی ਪਰਿਵਾਰਿਕ ਸਵਾਰਥਾਂ ਦੀ ਪੂਰਤੀ ਕੀਤੀ ਜਾ ਰਹੀ ਹੈ